प्लीज सब्सक्राइब अवर चैनल एंड प्रेस द बेल आइकन ताकि कोई भी नवी अपडेट तुसी मिस ना करो। ਅਸੀਂ ਉੱਥੇ ਹੁਸ਼ਿਆਰਪੁਰ ਤੋਂ ਸੀ, ਉੱਥੇ ਹਰ ਹਫ਼ਤੇ ਦੇ ਹਫ਼ਤੇ ਸੰਡੇ ਦੇ ਸੰਡੇ ਪੀਜ਼ੇ ਦਾ ਲੰਗਰ ਲੱਗਦਾ, ਅਸੀਂ ਉੱਥੋਂ ਹੀ ਸਿੱਖ ਆਏ ਇੱਥੇ। ਟਰਾਲੀ ਮੰਗਾਈ ਹੈ, ਟਰਾਲੀ ਭਰੀ ਪਈ ਆ ਜੀ, ਉਹ ਨਾਲ ਹੀ ਫਿਰ ਕੋਕ ਦਾ ਵੀ ਲੰਗਰ ਨਾਲ ਹੀ ਆ ਜੀ ਪੀਜ਼ੇ ਦੇ। ਬਾਹਰੋਂ ਦੀ ਚੀਜ਼ ਆਉਣੀ ਨੇ ਉਹ ਵੀ ਕਿਸਾਨ ਨੇ ਬੋਣੇ, ਕਣਕ ਬੋਣੀ, ਕਣਕ ਦੇ ਵਿੱਚੋਂ ਤੁਹਾਡੇ ਸੂਜੀ ਮੈਦਾ ਜੋ ਵੀ ਹੋਣਾ ਤਿਆਰ ਹੋਣਾ। ਕਿਸਾਨੀ ਸੰਘਰਸ਼ ਨੂੰ 75 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ ਅਤੇ ਲਗਾਤਾਰ ਕਿਸਾਨ ਜਿਹੜੇ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਨੇ ਅਤੇ ਸੋਚ ਕੇ ਬੈਠੇ ਨੇ ਕਿ ਜਦੋਂ ਤੱਕ ਬਿੱਲ ਰੱਦ ਨਹੀਂ ਹੁੰਦੇ, ਚਾਹੇ 1 ਸਾਲ ਬਹਿਣਾ ਪੈ ਜਾਵੇ, 2 ਸਾਲ ਬਹਿਣਾ ਪੈ ਜਾਵੇ, ਜਦ ਤੱਕ ਬਿੱਲ ਰੱਦ ਨਹੀਂ ਹੁੰਦੇ ਉਦੋਂ ਤੱਕ ਘਰ ਨਹੀਂ ਜਾਵਾਂਗੇ। ਅਤੇ ਇੱਕ ਤਸਵੀਰ ਤੁਹਾਡੇ ਰਾਹੀਂ ਸਾਂਝੀਆਂ ਕਰਾਂਗਾ। ਸਭ ਤੋਂ ਪਹਿਲਾਂ ਬਾਬਾ ਜੀ ਤੋਂ ਸ਼ੁਰੂ ਕਰਾਂਗੇ। ਬਾਬਾ ਜੀ ਪੇੜੇ ਕਰ ਰਹੇ ਨੇ, ਬਾਬਾ ਜੀ ਪੇੜੇ ਕਰ ਰਹੇ ਹੋ ਤੁਸੀਂ, ਤੇ ਵੇਟ ਕੀ ਕਰ ਰਹੇ ਹੋ? ਵੇਟ ਇਹ ਆ ਬਰਾਬਰ ਅੰਬ ਉਹਦੇ ਨਾਲ ਵੇਟ ਨਾ ਜੀ, ਮਤਲਬ ਇੱਕ ਸਾਰ ਆਊਗਾ, ਕੋਈ ਘੱਟ ਵੱਧ ਨਹੀਂ, ਕੋਈ ਨਹੀਂ ਆਊਗਾ ਜੀ। ਇਹ ਗੱਲ ਇਹ ਵੇਟ ਤੋਂ ਬਾਅਦ ਇੱਕ ਹੋਰ ਤਸਵੀਰ ਤੁਹਾਡੇ ਰਾਹੀਂ ਸਾਂਝੀਆਂ ਕਰਾਂਗਾ। ਦੇਖ ਸਕਦੇ ਹੋ ਮਸ਼ੀਨ ਜਿਹੜੀ ਰੱਖੀ ਹੋਈ ਹੈ, ਮਸ਼ੀਨ ਰੱਖੀ ਹੋਈ ਹੈ, ਇਹਦੇ ਵਿੱਚ ਜਿਹੜੇ ਪਿਆਜ਼ ਨੇ ਗੰਢੇ ਕਹਿ ਦਿੰਦੇ ਆਪਾਂ, ਇਹਦੇ ਵਿੱਚ ਉੱਤੋਂ ਸਬੂਤੇ ਜਾਂਦੇ ਨੇ, ਕਿੱਦਾਂ ਜਾਂਦੇ ਨੇ ਪੂਰੇ ਛਿਲਕਾ ਲਾ ਕੇ? ਤੇ ਬਾਬਾ ਜੀ ਕਿੱਦਾਂ ਜਾਂਦੇ? ਇੱਕ ਮਿੰਟ ਹੁਣੇ ਮੈਂ ਤੁਹਾਨੂੰ ਪੂਰੇ ਕੰਪਲੀਟ ਦੱਸਣਾ। ਅਸੀਂ ਗੰਢੇ ਕਟਵਾਈ ਦੇ, ਠੀਕ ਹੈ ਜੀ, ਇਹ ਗੰਢੇ ਕਟਵਾ ਕੇ ਇਹ ਤੁਹਾਡੇ ਸਾਹਮਣੇ ਹੁਣ ਅਸੀਂ ਇਹ ਪ੍ਰੈਕਟੀਕਲੀ, ਥਿਊਰੀਕਲ ਨਹੀਂ, ਪ੍ਰੈਕਟੀਕਲੀ ਇਹ ਤੁਹਾਨੂੰ ਦਿਖਾਉਂਦੇ ਹਾਂ ਕਿ ਬਈ ਕਿਸ ਤਰੀਕੇ ਨਾਲ ਮਸ਼ੀਨ ਚੱਲਦੀ ਹੈ, ਕਿਸ ਤਰੀਕੇ ਨਾਲ ਇਹ ਗੰਢੇ ਵੱਢਦੇ। ਇਹ ਸਾਡੇ ਕੋਲ ਗੰਢੇ ਤਿਆਰ ਹੈ, ਅਸੀਂ ਹੁਣ ਕੀ ਕੀਤਾ, ਮਸ਼ੀਨ ਚਾਲੂ ਕੀਤੀ ਹੈ। ਮਸ਼ੀਨ ਚਾਲੂ ਕਰਨ ਤੋਂ ਬਾਅਦ ਯਾਨੀ ਕਿ ਇਹ ਸਾਡੇ ਕਟਿੰਗ ਹੋ ਜਾਂਦੀ ਹੈ, ਜਿਹੜੇ ਗੰਢੇ ਨੇ ਇਹ ਕਟਿੰਗ ਹੋ ਜਾਂਦੇ ਆ, ਠੀਕ ਹੈ ਜੀ। ਅਤੇ ਨਾਲੇ ਜਿਹੜੀ ਸਾਡੀ ਹੈ ਸ਼ਿਮਲਾ ਮਿਰਚ ਹੈਗੀ ਹੈ, ਅਸੀਂ ਸ਼ਿਮਲਾ ਮਿਰਚ ਛੋਟੇ ਛੋਟੇ ਪੀਸਿਸ ਆਪਣੇ ਹੱਥ ਨਾਲ ਕੱਟਨੇ ਆ, ਠੀਕ ਹੈ ਨਾ, ਕਿਉਂਕਿ ਹਾਂ ਆਪਣੇ ਹੱਥ ਨਾਲ ਕੱਟੇ ਦੀ। ਸਵੀਟ ਕੋਰਨ ਦਾ ਪੈਕਟ ਆਉਂਦਾ? ਹਾਂ, ਸਵੀਟ ਕੋਰਨ ਦਾ ਵੀ ਪੈਕਟ ਆਉਂਦਾ, ਨਾਲੇ ਜਿਹੜਾ ਹੋਰ ਇੰਟੀਰੀਅਰ ਵਿੱਚ ਪੈਂਦਾ ਹੈਗਾ ਉਹ ਸਾਰਾ ਅਸੀਂ ਆਪਣੇ ਹਿਸਾਬ ਨਾਲ ਲੈ ਕੇ ਚੱਲਣੇ ਹੈਗਾ। ਅਤੇ ਪੇੜੇ ਕਿਸ ਲਈ ਹੋ ਰਹੇ ਨੇ, ਗੰਢੇ ਕਿਸ ਲਈ ਵੱਡੇ ਜਾ ਰਹੇ ਨੇ, ਮਸ਼ੀਨ ਲਾਈ ਹੋਈ ਹੈ, ਅਤੇ ਸੀਕੁਐਂਸ ਵਾਈਜ਼ ਤੁਹਾਨੂੰ ਦਿਖਾਵਾਂਗੇ। ਇਸ ਤੋਂ ਬਾਅਦ ਦਾ ਪ੍ਰੋਸੀਜਰ ਕੀ ਹੈ ਸ਼ਿਮਲਾ ਮਿਰਚ ਤੋਂ ਬਾਅਦ ਦਾ? ਮਿਰਚ ਅਸੀਂ ਮਿਕਸ ਕਰ ਲਈਦਾ, ਇਹ ਤੁਹਾਡੇ ਸਾਹਮਣੇ ਹੈਗੇ ਆ, ਸ਼ਿਮਲਾ ਮਿਰਚ ਕੱਟ ਕੇ ਅਸੀਂ ਮਿਕਸ ਕਰ ਲਈਦਾ। ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਮਤਲਬ ਆਪਣਾ ਕਰੀਮ ਹੈਗੀ, ਕਰੀਮ ਦੇ ਨਾਲ ਅਸੀਂ ਚੀਜ਼ ਪਾਈ ਦੀ ਹੈ, ਕੋਰਨ ਪਾਈ ਦਿਆ ਹੈ, ਤਾਂ ਕਿ ਇੱਕ ਸਹੀ ਤਰੀਕੇ ਦੀ ਚੀਜ਼ ਸਹੀ ਸੰਗਤ 'ਚ ਵਰਤਾਈ। ਪਹਿਲੇ ਪੇੜੇ ਹੋ ਗਏ, ਉਸ ਤੋਂ ਬਾਅਦ ਬੇਸ ਪਹਿਲੇ ਬੇਸ ਕੋਲ ਸੀਕੁਐਂਸ ਵਾਈਜ਼ ਦਿਖਾਵਾਂਗੇ ਕਿ ਜਿਹੜਾ ਬੇਸ ਹੈ ਇੱਥੇ ਤਿਆਰ ਹੁੰਦਾ, ਕਿਸ ਤਰ੍ਹਾਂ ਤਿਆਰ ਹੁੰਦਾ ਸਾਡਾ ਜਿਹੜਾ ਅਸੀਂ ਪੇੜੇ ਤਿਆਰ ਕਰਦੇ ਹਾਂ। 250 ਗ੍ਰਾਮ ਦਾ ਇੱਕ ਪੇੜਾ ਹੁੰਦਾ, 260 ਗ੍ਰਾਮ ਦਾ ਇੱਕ ਪੇੜਾ ਹੁੰਦਾ, ਫਿਰ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਪੇੜੇ ਪੂਰੇ ਇੱਕਦਮ ਇਕੁਅਲ, ਸਭ ਯਾਨੀ ਕਿ ਇਕੁਅਲ, ਕੋਈ ਇਹ ਨਹੀਂ ਕਿ ਵੀ ਕਿਸੇ 'ਚ ਘੱਟ ਕਰੀਏ ਵੱਧ ਕਰੀਏ, ਕੁਆਲਿਟੀ ਕਿਸੇ ਨੂੰ ਵਧੀਆ ਕਵਾਈਏ ਕਿਸੇ ਨੂੰ ਘਟੀਏ, ਕੋਈ ਨਾ, ਸਭ ਬਸ ਇਕੁਅਲ ਕੁਆਲਿਟੀ ਹੈ, ਜਾਂ ਇਹ ਸੰਗਤ ਵਾਸਤੇ ਸਾਰਾ ਇਕੁਅਲ ਹੀ ਚੱਲੀਦਾ। ਭਾਅ ਜੀ ਤੋਂ ਵੀ ਗੱਲ ਕਰਦੇ ਹਾਂ, ਭਾਅ ਜੀ ਪੀਜ਼ਾ ਬਣਾਉਣਾ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ? ਐਕਚੁਲੀ ਭਾਅ ਜੀ ਜਿੱਥੇ ਅਸੀਂ ਸੰਸਥਾ ਹੈ ਨਾ ਧੰਨ ਗੁਰੂ ਰਾਮਦਾਸ ਲੰਗਰ ਸੇਵਾ, ਅਸੀਂ ਉੱਥੇ ਹੁਸ਼ਿਆਰਪੁਰ ਤੋਂ ਸੀ, ਉੱਥੇ ਹਰ ਹਫ਼ਤੇ ਦੇ ਹਫ਼ਤੇ ਸੰਡੇ ਦੇ ਸੰਡੇ ਪੀਜ਼ੇ ਦਾ ਲੰਗਰ ਲੱਗਦਾ, ਅਸੀਂ ਉੱਥੋਂ ਹੀ ਸਿੱਖ ਆਏ ਇੱਥੇ। ਹਾਂਜੀ, ਸੋਚਿਆ ਸੀਗਾ ਕਿ ਪੀਜ਼ੇ ਬਣਾਉਂਗੇ ਜਾਂ ਫਿਰ ਹੋਰ? ਬਾਬਾ ਜੀ ਤੁਸੀਂ ਸੋਚਿਆ ਸੀਗਾ ਕਦੇ ਪੀਜ਼ੇ ਬਣਾਉਂਗੇ ਇੱਥੇ ਆ ਕੇ? ਮੈਂ ਤੁਹਾਨੂੰ ਦੱਸ ਰਿਹਾ ਕਿ ਵੀ ਇਹ ਜਿਹੜੀ ਸਾਡੀ ਸੇਵਾ ਵੇ ਨਾ, ਇਹ ਸਾਡੀ ਸੇਵਾ ਆਪਣਾ ਗੁਰੂ ਰਾਮਦਾਸ ਲੰਗਰ ਸੇਵਾ ਜਿਹੜੀ ਹੈਗੀ ਹੈ ਹੁਸ਼ਿਆਰਪੁਰ ਹਰਾਂ 'ਚ, ਉੱਥੇ ਅਸੀਂ ਜਿਹੜੇ ਯਾਨੀ ਕਿ 6 ਦਿਨ ਸੇਵਾ ਕਰਦੇ ਨੇ ਨਾ, ਉਹਨਾਂ ਨੂੰ 7ਵੇਂ ਦਿਨ ਸੁਖਮਨੀ ਸਾਹਿਬ ਦਾ ਪਾਠ ਤੋਂ ਬਾਅਦ ਉਹਨਾਂ ਨੂੰ ਪਰਟੀਕੁਲਰ ਅਸੀਂ ਪੀਜ਼ਾ ਛਕਾਈਦਾ ਹੀ ਛਕਾਈਦਾ। ਇਹ ਅੱਜ ਦਿਨ ਅਸੀਂ ਸ਼ੁਰੂ ਤੋਂ ਹੀ ਛਕਾਉਂਦੇ ਆ ਰਹੇ ਹਾਂ, ਲੇਕਿਨ ਇੱਥੇ ਆ ਕੇ
ਅਸੀਂ ਆਏ ਸੀ ਤੇ ਮਾਹੌਲ ਦੇਖਿਆ ਕਿ ਬਈ ਕਿਸਾਨ ਅੰਦੋਲਨ ਵਿੱਚ ਜਿਹੜੇ ਕਿਸਾਨ ਆਏ ਨੇ ਜਾਂ ਹੋਰ ਜਿਹੜੇ ਆਏ ਨੇ ਉਹਨਾਂ ਸਭ ਵਾਸਤੇ ਅਸੀਂ ਇੱਕ ਨਵੀਂ ਚੀਜ਼ ਕੀਤੀ ਹੈ ਤੇ ਕਿਸਾਨੀ ਹੀ ਚੀਜ਼ ਕਣਕ ਤੋਂ ਮੈਦਾ ਤਿਆਰ ਹੋਇਆ ਮੈਦੇ ਤੋਂ ਦੇਖੋ ਨਾਲੇ ਗੰਢੇ ਵੀ ਉੱਥੇ ਕਿਸਾਨ ਹੀ ਬੁੰਦਾ ਮਰਚ ਵੀ ਜਿਹੜੀ ਉਹ ਵੀ ਕਿਸਾਨ ਬੁੰਦਾ ਇਹ ਕੋਈ ਬਾਹਰੋਂ ਚੀਜ਼ ਨਹੀਂ ਆਈ ਹੋਈ ਹੈ ਆਪਣੇ ਇੰਡੀਅਨ ਹੈਗੇ ਇੰਡੀਅਨ ਦੇ ਹਿਸਾਬ ਦੇ ਨਾਲ ਹੀ ਅਸੀਂ ਚੱਲ ਰਹੇ ਹਾਂ ਨਾ ਕਿ ਬਾਹਰ ਦੀ ਕੋਈ ਚੀਜ਼ ਨੂੰ ਅਸੀਂ ਪ੍ਰੋਡਕਟ ਕਰ ਰਹੇ ਹਾਂ ਪੋਸਟ ਦੇਖ ਰਿਹਾ ਸੀਗਾ ਟਕੈਤ ਸਾਹਿਬ ਨੇ ਪੋਸਟ ਪਾਈ ਸੀਗੀ ਇੱਕ ਕਿ ਜਦੋਂ ਕਿਸਾਨ ਅੰਨ ਨਹੀਂ ਉਗਾਏਗਾ ਤੇ ਲੋਕੀ ਰਹਿਣਗੇ ਕਿੱਦਾਂ ਤੇ ਥੱਲੇ ਇੱਕ ਬੰਦਾ ਕਮੈਂਟ ਕਰਦਾ ਕਿ ਅਸੀਂ ਬਿਸਕੁਟ ਖਾ ਕੇ ਸਾਰ ਲਾਂਗੇ ਨਹੀਂ ਤੇ ਦੇਖੋ ਗੱਲ ਸੁਣੋ ਬਿਸਕੁਟ ਕਿਹੜਾ ਕਿ ਕੋਈ ਮਤਲਬ ਕਹਿੰਦਾ ਬਾਹਰੋਂ ਦੀ ਚੀਜ਼ ਆਉਣੀ ਨੇ ਉਹ ਵੀ ਕਿਸਾਨ ਨੇ ਬਣੇ ਕਣਕ ਪਾਉਣੀ ਕਣਕ ਦੇ ਵਿੱਚੋਂ ਤੁਹਾਡੇ ਸੂਜੀ ਮੈਦਾ ਜੋ ਵੀ ਹੋਣਾ ਤਿਆਰ ਹੋਣਾ ਆਫਟਰ ਆਲ ਆਉਣਾ ਪਏਗਾ ਕਿਸਾਨ ਦੀ ਹੀ ਗੱਲ ਦੇ ਨੀਚੇ ਆਉਣਾ ਪਏਗਾ ਇਹਨਾਂ ਨੂੰ ਕਿਸਾਨ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਕਿ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਲਾਗੂ ਕੀਤੇ ਆ ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਉਹ ਕਰਨਾ ਪਏਗਾ ਕਲੀਅਰ ਕਰਨਾ ਪਏਗਾ ਤਦ ਹੀ ਇਹ ਚੀਜ਼ ਕਾਮਯਾਬ ਹੋਏਗੀ ਮਿਕਸਚਰ ਦੇ ਵਿੱਚ ਕੀ ਹੁੰਦਾ ਬਾਬਾ ਜੀ ਮਿਕਸਚਰ ਯਾਨੀ ਸੜੀ ਯਾਨੀ ਕਿ ਸੌਸ ਅਸੀਂ ਆਪਣਾ ਉੱਥੋਂ ਹੀ ਤਿਆਰ ਕਰਕੇ ਆਏ ਜੇ ਗੁਰੂ ਰਾਮਦਾਸ ਮਹਾਰਾਜ ਉੱਥੋਂ ਲੰਗਰ ਸੇਵਾ ਤੋਂ ਅਸੀਂ ਉੱਥੋਂ ਹੀ ਤਿਆਰ ਕਰਕੇ ਲਿਆਉਂਦੇ ਹਾਂ ਜਿਹੜੀ ਯਾਨੀ ਕਿ ਅਸੀਂ ਖੁੱਲ੍ਹੀ ਨਾ ਵਰਤਾ ਕੇ ਅਸੀਂ ਚੇਕ ਕਰਕੇ ਕਰੀਦੀ ਅਤੇ ਕਿੰਨੇ ਦਿਨ ਰਹਿ ਜਾਂਦੀ ਹੈ ਕਿਉਂਕਿ ਕਿਤਨਾ ਕਿਤੇ ਕਹਿੰਦੇ ਕਿ ਖੱਟੀ ਹੋ ਜਾਂਦੀ ਹੈ ਜਾਂ ਕੁਛ ਨਹੀਂ ਜੀ ਨੇ ਅਸੀਂ ਖੱਟਾਪਨ ਤਾਂ ਰਹਿਣ ਨਹੀਂ ਦਿੰਦੇ ਕਿਉਂਕਿ ਇਹ ਸਾਡੇ ਯਾਨੀ ਕਿ ਸਾਡੇ ਯਾਨੀ ਕਿ 5 ਦਿਨ ਤੋਂ ਉੱਤੇ ਸਾਡੇ ਇੱਥੇ ਟਿਕਦਾ ਹੀ ਨਹੀਂ ਹੈਗਾ 5 ਦਿਨ ਵਿੱਚ ਸਾਡੇ 4 ਕੈਨ ਲੱਗ ਜਾਂਦੇ ਹੈਗੇ ਆਪਾਂ ਫਿਰ ਦੁਬਾਰਾ ਕਿੰਨੇ ਲੱਗ ਜਾਂਦੇ 4 ਕੈਨ 4 ਕੈਨ ਸਾਡੇ 5 ਦਿਨ ਲੱਗ ਜਾਂਦੇ ਹੈਗੇ ਸਮਝਿਆ ਨਹੀਂ ਕਿੰਨੀ ਕੁਆਂਟੀਟੀ ਇਹ ਤੁਹਾਡੇ ਸਾਹਮਣੇ ਪਏ ਹੈਗੇ ਜੀ ਇਹਨਾਂ ਨੂੰ ਦੇਖ ਲਓ ਤੁਸੀਂ ਇਹਦੇ ਵਿੱਚ ਸਾਡਾ 30 ਕਿਲੋ ਕਰੀਬ ਆ ਜਾਂਦਾ ਹੈਗਾ 120-130 ਕਿਲੋ ਤੁਹਾਡਾ ਲੱਗ ਜਾਂਦਾ ਨਹੀਂ 120 ਕਿਲੋ ਨਹੀਂ ਇਹਦੇ ਮਸੇ ਜਗਤੀ 35 ਕਿਲੋ ਹੀ ਆਉਂਦੀ ਹੈਗੀ 4 ਕੈਨ ਕਹਿ ਰਹੇ ਹੋ ਨਾ ਤੁਸੀਂ ਲੱਗ ਜਾਂਦੇ ਆ ਤੇ 3 ਚੌਕੇ 12 ਹਾਂਜੀ 130 ਲਾ ਲਓ 40 ਲਾ ਲਓ ਇੱਕ ਹਫ਼ਤੇ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਬੇਸ ਲੱਗਣ ਤੋਂ ਬਾਅਦ ਫਿਰ ਲੱਗਣ ਤੋਂ ਬਾਅਦ ਸਾਡਾ ਯਾਨੀ ਕਿ ਜਿਹੜਾ ਅਸੀਂ ਮਟੀਰੀਅਲ ਪਾਉਂਦੇ ਹੈਗੇ ਹਾਂ ਦੇਖੋ ਇਹਦੇ 'ਚ ਗੰਢਾ ਵੀ ਹੈਗਾ ਸ਼ਿਮਲਾ ਮਿਰਚ ਵੀ ਹੈਗੇ ਤੁਹਾਡਾ ਕੌਣ ਵੀ ਹੈਗਾ ਹਾਂ ਇਹ ਚੀਜ਼ ਹੈਗੀ ਜੀ ਹਾਂਜੀ ਇੱਕ ਦਿਨ ਦੇ ਹੀ ਮੈਂ ਗੱਲ ਕਰਾਂ ਕਿ ਇੱਕ ਦਿਨ ਦੇ ਵਿੱਚ ਕਿੰਨੇ ਪੀਜ਼ੇ ਬਣਦੇ ਨੇ ਕਿੰਨੀ ਪੀਜ਼ਿਆਂ ਦਾ ਲੰਗਰ ਲੱਗਦਾ ਕਿਉਂਕਿ ਲਾਈਨ ਆ ਮੈਂ ਆਪਣੇ ਇੱਕ ਵਾਰੀ ਕੈਮਰਾ ਪਰਸਨ ਨੂੰ ਇੱਕ ਵਾਰੀ ਜ਼ਰੂਰ ਕਹੂੰਗਾ ਕਿ ਸਨਮ ਜੀ ਇੱਕ ਵਾਰੀ ਪੀਜ਼ੇ ਵਾਲੇ ਬਣ ਰਹੇ ਆ ਕਿੰਨੀ ਦੇਰ ਬਾਅਦ ਵਰਤਾਏ ਜਾਣਗੇ ਸਰ ਜੀ ਸਾਡੇ ਜਿਹੜੇ ਅਸੀਂ ਕੀ ਕਰਨਾ ਪਹਿਲੇ ਆਪਣਾ ਸਾਰਾ ਸਟਾਕ ਇਕੱਠਾ ਕਰ ਲਈਦਾ ਹਾਂ ਮੈਂ ਪੁੱਛ ਰਿਹਾ ਕਿ ਕਿੰਨੀ ਦੇਰ ਲੱਗੂਗੀ ਹੁਣ ਬਾਹਰ ਹਲੇ ਅਸੀਂ 4 ਵਜੇ ਨਾਲ ਵਰਤਾਉਣਾ ਸ਼ੁਰੂ ਕਰ ਦੂੰਗੇ ਜੀ 4 ਵਜੇ ਵਰਤਾਉਣਾ ਸ਼ੁਰੂ ਕਰ ਦੂੰਗੇ ਟਾਈਮ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਮੈਂ ਕਹੂੰਗਾ ਕਿ ਬਾਹਰ ਦੀਆਂ ਲਾਈਨਾਂ ਦੇਖ ਟਾਈਮ ਤੋਂ ਪਹਿਲਾਂ ਹੀ ਜਿਹੜੀ ਕਤਾਰਾਂ ਨੇ ਬਾਹਰ ਦੇ ਵਿੱਚ ਲੱਗ ਚੁੱਕੀਆਂ ਨੇ ਬੱਚੇ ਵੀ ਖੜੇ ਨੇ ਤੇ ਨੌਜਵਾਨ ਵੀ ਖੜੇ ਨੇ ਬਜ਼ੁਰਗ ਵੀ ਇੱਥੇ ਖੜੇ ਨੇ ਤਾਂ ਮੈਂ ਇੱਕ ਵਾਰੀ ਦਿਖਾਉਣਾ ਚਾਹਾਂਗਾ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰਾਉਣਾ ਚਾਹਾਂਗਾ ਕਿ ਟਾਈਮ ਤੋਂ ਪਹਿਲਾਂ ਹੀ ਦੇਖ ਸਕਦੇ ਹੋ ਕਿ ਕਤਾਰਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਲੰਬੀ ਲੰਬੀਆਂ ਅਤੇ ਇੱਕ ਦਿਨ ਦੇ ਹੀ ਮੈਂ ਗੱਲ ਕਰ ਰਿਹਾ ਸੀਗਾ ਕਿ ਇੱਕ ਦਿਨ ਦੇ ਵਿੱਚ ਕਿੰਨੇ ਪੀਜ਼ੇ ਜਿਹੜੇ ਨੇ ਉਹ ਲੰਗਰ ਲੱਗਦੇ ਸਰ ਜੀ ਸਾਡੇ ਕੋਲ ਜਿਹੜੇ ਬੈਗ ਹੈਗੇ ਨੇ ਨਾ ਅਸੀਂ ਬੈਗਾਂ 'ਚ ਪਹਿਲਾਂ ਆਪਣਾ ਸਟਾਕ ਇਕੱਠਾ ਕਰਕੇ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਕੋਲ ਡੱਬੇ ਰਹਿੰਦੇ ਅਸੀਂ ਡੱਬਿਆਂ ਵਿੱਚ ਵੀ ਕੰਪਲੀਟ ਕਰ ਲਈਦਾ ਇਹਦੀ ਕੋਈ ਕਾਊਂਟਿੰਗ ਨਹੀਂ ਹੁੰਦੀ ਸਾਡੇ ਕੋਲ ਅਸੀਂ ਬੇਕਾਊਂਟਿੰਗ ਹੀ ਚੱਲਦੇ ਹਾਂ ਕਿ ਇਹਦੀ ਕੋਈ ਅੱਜ ਤੱਕ ਗਿਣਤੀ ਨਹੀਂ ਕੀਤੀ ਇਹ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਮਹਾਰਾਜ ਦੀ ਜਿਹੜੀ ਅਪਾਰ ਕਿਰਪਾ ਹੈ ਜਿਹੜੀ ਯਾਨੀ ਕਿ ਸਾਡੇ 'ਤੇ ਵਰਤੀ ਅਤੇ ਅਸੀਂ ਅੱਗੇ ਸੇਵਾ ਕਰਦੇ ਹਾਂ ਇੱਕ ਡੱਬੇ ਕਹਿ ਸਕਦੇ ਤੁਸੀਂ ਕਿੰਨੇ ਡੱਬੇ ਹੁੰਦੇ ਆ ਫਿਰ ਵੀ ਇੱਕ ਰਾਊਂਡ ਫਿਗਰ ਹੁੰਦਾ ਕਿ ਸਾਡੇ ਕੋਲ 125 ਬੈਗ ਹੈਗੇ ਅਸੀਂ ਉਹਦੇ 'ਚ 4-4 ਯਾਨੀ ਕਿ ਪੀਸਿਸ ਉਹ 4-4 5-5 ਘੰਟੇ ਗਰਮ ਹੀ ਰਹਿੰਦੇ ਹੈਗੇ ਹੈ ਠੀਕ ਹੈ ਹਾਂ ਉਹਦੇ 'ਚ ਇੱਕ ਬੈਗ ਦੇ ਵਿੱਚ 4 ਪੀਸ ਹਾਂਜੀ ਅਤੇ ਫਿਰ ਉਸ ਤੋਂ ਬਾਅਦ ਕਿੱਦਾਂ ਹੁੰਦਾ ਅਸੀਂ ਆਪਣੇ ਹਿਸਾਬ ਨਾਲ ਜਿਹੜੀ ਬਾਹਰ ਆਪਣਾ ਸਟਾਲ 'ਤੇ ਜਾਈਦਾ ਬੈਗ ਜਾਂਦੇ ਹੈਗੇ ਆ ਠੀਕ ਹੈ ਨਾ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਜਿੰਨੇ ਵੀ ਗੁਰੂ ਰੂਪ ਸੰਗਤ ਆਉਂਦੀ ਹੈ ਇਹ ਨਹੀਂ ਦੇਖੀਦਾ ਇਹ ਅਮੀਰ ਹੈ ਗਰੀਬ ਹੈ ਜਾਂ ਕੌਣ ਹੈ ਬੁੱਢਾ ਬਜ਼ੁਰਗ ਆਉਂਦੇ ਨੇ ਉਹਨਾਂ ਨੂੰ ਅਲੱਗ ਲਾਈਨ 'ਚ ਦੇਈਦਾ ਲੇਡੀਜ਼ ਆਉਂਦੀ ਉਹਨਾਂ ਨੂੰ ਅਲੱਗ ਲਾਈਨ 'ਚ ਦੇਈਦਾ ਪੂਰਾ ਸਿਸਟਮ ਨਾਲ ਇਹ ਕਰੀਦਾ ਤਾਂ ਕਿ ਕੋਈ ਆਕੋਪਾਈ ਨਾ ਹੋਵੇ ਯਾਨੀ ਕਿ ਆਪਸ ਲਗਾ ਲਓਗੇ 1000 ਪੀਜ਼ੇ ਜਾਂ ਫਿਰ 1000 ਤਾਂ ਸਾਡਾ ਇੱਕ ਸ਼ਿਫਟ 'ਚ ਲੱਗਦਾ ਹੀ ਲੱਗਦਾ ਇਹ ਦੋ ਹਾਂ ਹਾਂਜੀ ਹਾਂਜੀ ਇਹ 2 ਟਾਈਮ ਕਰਨੇ ਆ ਸਵੇਰੇ ਵੀ ਤੇ ਸ਼ਾਮੀ ਵੀ 11 ਵਜੇ ਵੀ ਚਾਲੂ ਕਰਨੇ ਫਿਰ 4 ਵਜੇ ਵੀ ਕਰੀਦਾ ਲਗਾ ਲਓਗੇ ਇੱਕ ਦਿਨ 'ਚ 2000 ਤੋਂ ਜ਼ਿਆਦਾ ਪੀਜ਼ੇ ਜਿਹੜੇ ਲੰਗਰ ਲੱਗਦਾ ਸਰ ਜੀ ਇਹ ਤੁਸੀਂ ਕਾਊਂਟਿੰਗ ਕਰ ਸਕਦੇ ਹੋ ਲੇਕਿਨ ਸਾਡੇ ਇੱਥੇ ਕੋਈ ਗਿਣਤੀ ਦਾ ਕੋਈ ਚੱਕਰ ਨਹੀਂ ਹੈਗਾ ਅਸੀਂ ਆਪਣੇ ਹਿਸਾਬ ਨਾਲ ਆਪਣਾ ਖੁੱਲ੍ਹਾ ਹੀ ਲੰਗਰ ਲਗਾਈਦਾ ਹੈਗਾ ਸੰਗਤ ਰਹਿੰਦੀ ਹੈ ਪੀਜ਼ੇ ਬਣਦੇ ਰਹਿੰਦੇ ਹਾਂਜੀ ਹਾਂਜੀ ਅਤੇ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਕਿ ਕਦੇ ਵੀ ਕਹਿ ਰਹੇ ਕਿ ਗਿਣਤੀ ਨਹੀਂ ਕੀਤੀ ਜਾਂਦੀ ਲੰਗਰ ਦੀ
ਜਿੱਦਾਂ ਜਿੱਦਾਂ ਸੰਗਤਾਂ ਆਉਂਦੀਆਂ ਨੇ ਉਦੋਂ ਤਾਂ ਜਿਹੜੀ ਪੀਜ਼ੇ ਦੀ ਲੰਗਰ ਦੀ ਸੇਵਾ ਹੈ ਭਾਅ ਜੀ ਤੁਹਾਡੇ ਨਾਲ ਗੱਲ ਕਰਦੇ ਹਾਂ ਕਿੱਥੋਂ ਆਏ ਹੋ ਨਾ ਕੀ ਮੇਰਾ ਨਾਮ ਸਾਹਿਲ ਹੈ ਜੀ ਮੈਂ ਅੰਮ੍ਰਿਤਸਰੋਂ ਆਇਆ ਭਾਅ ਜੀ ਸੋਚਿਆ ਸੀਗਾ ਕਦੇ ਕਿ ਪੀਜ਼ੇ ਬਣਾ ਲੂੰਗੇ ਜਾਂ ਇਸ ਤੋਂ ਪਹਿਲਾਂ ਪੀਜ਼ਾ ਬਣਾਉਣਾ ਆਉਂਦਾ ਸੀ ਨਹੀਂ ਜਾਂ ਫਿਰ ਰੋਟੀ ਬਣਾਉਣੀ ਆਉਂਦੀ ਸੀ ਘਰੇ ਰੋਟੀ ਆਉਂਦੀ ਸੀ ਰੋਟੀ ਆਉਂਦੀ ਬਣਾਉਣੀ ਮੈਂ 3 ਸਾਲ ਬਾਹਰ ਰਿਹਾ ਆਊਟ ਆਫ ਇੰਡੀਆ ਤੇ ਮੈਨੂੰ ਰੋਟੀ ਪਾਣੀ ਆਉਂਦਾ ਬਣਾਉਣਾ ਕਿਹੜੀ ਜਗ੍ਹਾ ਰਹੇ ਸੀਗੇ ਮੈਂ ਸਿੰਗਾਪੁਰ ਰਹੇ ਹਾਂ ਹਾਂਜੀ ਤੁਸੀਂ ਸੋਚਿਆ ਸੀਗਾ ਦਿੱਲੀ ਆ ਕੇ ਪੀਜ਼ੇ ਬਣਾਉਂਗੇ ਦੋ ਦੋ ਤਿੰਨ ਤਿੰਨ ਹਜ਼ਾਰ ਪੀਜ਼ੇ ਬਣਨਗੇ ਇੱਕ ਦਿਨ 'ਚ ਸੰਗਤਾਂ ਟਾਈਮ ਤੋਂ ਪਹਿਲਾਂ ਹੀ ਆ ਜਾਣਗੀਆਂ ਬੱਚੇ ਵੀ ਨੇ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਟਾਈਮ ਤੋਂ ਪਹਿਲਾਂ ਹੀ ਆ ਜਾਣਗੇ ਸੇਵਾ ਕਰਨ ਦਾ ਮੌਕਾ ਮਿਲੇਗਾ ਸੋਚਿਆ ਸੀਗਾ ਨਹੀਂ ਨਹੀਂ ਇਹ ਨਹੀਂ ਸੋਚਿਆ ਕਿੱਦਾਂ ਦਾ ਫੀਲ ਕਰਦੇ ਹੋ ਜਦੋਂ ਇੰਨਾ ਲੰਗਰ ਤੁਸੀਂ ਵਰਤਾਉਂਦੇ ਹੋ ਲੋਕ ਵੀ ਆਉਂਦੇ ਨੇ ਇੰਨੀ ਕਤਾਰਾਂ ਲੈ ਕੇ ਕਿੱਦਾਂ ਦਾ ਫੀਲ ਹੁੰਦਾ ਫੀਲ ਵਧੀਆ ਹੁੰਦਾ ਕਿਰਪਾ ਮਾਲਕ ਦੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸੇਵਾ ਕਰਦੇ ਹਾਂ ਦੇਖ ਸਕਦੇ ਹੋ ਕਿ ਭਾਅ ਜੀ ਤੁਸੀਂ ਤੁਹਾਨੂੰ ਆਉਂਦਾ ਸੀਗਾ ਪਹਿਲਾਂ ਪੀਜ਼ਾ ਬਣਾਉਣਾ ਫਿਰ ਆ ਜਾਓ ਅੱਗੇ ਆ ਜਾਓ ਕਦੋਂ ਸਿੱਖਿਆ ਪੀਜ਼ਾ ਬਣਾਉਣਾ ਇੱਥੇ ਮਤਲਬ ਪ੍ਰੈਕਟੀਕਲ ਤਾਂ ਇੱਥੇ ਕਰਿਆ ਉਦਾਂ ਵੈਸੇ ਪਤਾ ਸੀਗਾ ਥੋੜ੍ਹਾ ਬਹੁਤਾ ਕਿੱਦਾਂ ਬਣਦਾ ਗਾ ਯੂਟਿਊਬ ਤੇ ਦੇਖ ਹਾਂ ਯੂਟਿਊਬ ਤੋਂ ਹਾਂਜੀ ਭਾਅ ਜੀ ਇੱਦਾਂ ਦੇਖ ਕੇ ਥੋੜ੍ਹਾ ਬਹੁਤਾ ਸੀਗਾ ਪਤਾ ਪਰ ਪ੍ਰੈਕਟੀਕਲ ਇੱਥੇ ਕਰਨ ਦਾ ਮੌਕਾ ਮਿਲਿਆ ਆਪਣੇ ਵੀਰਾਂ ਨਾਲ ਆ ਕੇ ਇੱਥੇ ਕਿੱਦਾਂ ਦਾ ਲੱਗਦਾ ਕਿੱਦਾਂ ਦਾ ਫੀਲ ਹੁੰਦਾ ਜਦੋਂ ਪੀਜ਼ੇ ਬਣਾ ਕੇ ਲੱਗ ਰਿਹਾ ਵੀਰੇ ਬਹੁਤ ਵਧੀਆ ਟੀਵੀ 'ਤੇ ਉਦੋਂ ਸੁਣਦੇ ਸੀਗੇ ਕਿਉਂਕਿ ਸਰਕਾਰਾਂ ਕਹਿੰਦੀ ਸੀ ਪੀਜ਼ੇ ਖਾਂਦੇ ਆ ਇੱਦਾਂ ਖਾਂਦੇ ਆ ਅਸੀਂ ਕਿਹਾ ਚਲੋ ਦੇਖਦੇ ਹਾਂ ਵੀ ਕਿਹੜਾ ਪੀਜ਼ੇ ਦੀ ਗੱਲ ਕਰਦੇ ਹਾਂ ਇੱਥੇ ਆ ਕੇ ਪਤਾ ਲੱਗਿਆ ਵੀਰੇ ਪੀਜ਼ਾ ਹੈ ਨਾਲੇ ਸਾਨੂੰ ਕਹਿੰਦੇ ਸੀ ਵੀ ਇਹ ਪੀਜ਼ੇ ਖਾਂਦੇ ਨੇ ਜੇ ਅਸੀਂ ਨਹੀਂ ਖਾਵਾਂਗੇ ਹੋਰ ਕੌਣ ਖਾਊਗਾ ਪੀਜ਼ੇ ਦੀ ਸਾਰੀ ਮਤਲਬ ਬੇਸਿਕ ਜੋ ਹੈਗੇ ਬਾਹਰੋਂ ਕਹਿੰਦੇ ਕਿ ਬਾਹਰੋਂ ਫੰਡ ਆ ਰਹੇ ਆ ਜੀ ਕਦੇ ਕਹਿੰਦੇ ਕਿ ਕਈ ਚੀਜ਼ਾਂ ਨਹੀਂ ਬਾਹਰੋਂ ਫੰਡ ਦੀ ਕੀ ਗੱਲ ਹੈ ਵੀਰੇ ਜੇ ਲੋਕਡਾਊਨ ਚੱਲਦਾ ਸੀ ਉਦੋਂ ਤਾਂ ਕਿਸੇ ਨੇ ਕਿਹਾ ਨਹੀਂ ਫੰਡ ਆਉਂਦਾ ਹੈ ਜਦੋਂ ਖਾਣਾ ਹੁੰਦਾ ਹੈ ਤਾਂ ਉਦੋਂ ਕਹਿ ਦਿੰਦੇ ਹਾਂ ਵੀ ਹਾਂ ਚਲੋ ਜੀ ਵੀ ਕੋਈ ਚੱਕਰ ਨਹੀਂ ਫਿਰ ਜਦੋਂ ਹੁਣ ਅਸੀਂ ਕਰ ਰਹੇ ਹਾਂ ਆਪਣੇ ਲਈ ਚਲੋ ਕਰਦੇ ਹਾਂ ਹੋਰਾਂ ਨੂੰ ਵੀ ਦਿੰਦੇ ਹਾਂ ਉਰੇ ਅਸੀਂ ਸਾਰਿਆਂ ਨੂੰ ਉਦੋਂ ਇਹ ਫੰਡ ਪੁੱਛਣ ਲੱਗ ਜਾਂਦੇ ਨੇ ਇੱਦਾਂ ਤਾਂ ਨਹੀਂ ਆ ਰਹੇ ਮਤਲਬ ਵੀ ਦੋਹਰੀ ਸੋਚ ਤਾਂ ਨਹੀਂ ਹੋਣੀ ਚਾਹੀਦੀ ਬੰਦੇ ਦੀ ਆਹ ਚੀਜ਼ ਹੈ ਬਾਕੀ ਵੀਰੇ ਬਹੁਤ ਵਧੀਆ ਲੱਗ ਰਿਹਾ ਹੈ ਆ ਕੇ ਵਧੀਆ ਜੀ ਅਤੇ ਦੇਖ ਸਕਦੇ ਹੋ ਕਿ ਇੱਥੋਂ ਬੇਸ ਤਿਆਰ ਹੁੰਦਾ ਬੇਸ ਤਿਆਰ ਤੋਂ ਬਾਅਦ ਅੱਗੇ ਜਿਹੜੀ ਹੈ ਕੀ ਕਹਿੰਦੇ ਆ ਭਾਅ ਜੀ ਇਹਨੂੰ ਸੌਸ ਵੀਰ ਜੀ ਮਿਕਸ ਫਿਰ ਸੌਸ ਜਿਹੜੀਆਂ ਨੇ ਉਹ ਲੱਗਦੀਆਂ ਨੇ ਬੇਸ 'ਤੇ ਅਤੇ ਉਸ ਤੋਂ ਬਾਅਦ ਜਿਹੜੇ ਵੈਜ ਕਿੰਨੇ ਕਿੰਨੇ ਕਿਹੜੇ ਫਲੇਵਰ ਦਾ ਪੀਜ਼ਾ ਬਣ ਰਿਹਾ ਭਾਅ ਜੀ ਇੱਥੇ ਫਲੇਵਰ ਕਿਹੜਾ ਵੈਜ ਵੈਜੀਟੇਰੀਅਨ ਫਲੇਵਰ ਆ ਸਾਰਾ ਵੈਜੀ ਪੀਜ਼ਾ ਕਹਿ ਸਕਦੇ ਹਾਂ ਵੈਜੀ ਪੀਜ਼ਾ ਜਿਹੜੇ ਕਹਿ ਸਕਦੇ ਹੋ ਕਿ ਵੈਜਿਸ ਜਿਹੜੀਆਂ ਨੇ ਸ਼ਿਮਲਾ ਮਿਰਚ ਸਵੀਟ ਕੋਰਨ ਜਿਹੜੇ ਨੇ ਚੀਜ਼ ਦੇਖ ਸਕਦੇ ਹੋ ਅਨੀਅਨ ਦੇਖ ਸਕਦੇ ਹੋ ਕਿ ਇੱਥੋਂ ਲੱਗ ਕੇ ਜਿਹੜੇ ਨੇ ਤਿਆਰ ਹੁੰਦੇ ਨੇ ਬਾਬਾ ਜੀ ਨਾਲ ਗੱਲਬਾਤ ਕੀਤੀ ਆ ਬਾਬਾ ਜੀ ਪੇੜੇ ਕਰ ਰਹੇ ਹੋ ਸੋਚਿਆ ਸੀ ਪਹਿਲਾਂ ਕਦੇ ਕਿ ਪੀਜ਼ੇ ਦਾ ਲੰਗਰ ਲਾਉਂਗੇ ਜਾਂ ਪੀਜ਼ੇ ਪਹਿਲੇ ਖਾਂਦੇ ਸੀਗੇ ਨਹੀਂ ਵੀਰ ਜੀ ਅਸੀਂ ਨਹੀਂ ਸੋਚਿਆ ਸੀ ਇਸ ਗੱਲ ਨੂੰ ਨਾ ਸਾਨੂੰ ਪਤਾ ਸੀ ਇਸ ਗੱਲ ਦੇ ਬਾਰੇ 'ਚ ਇਹ ਠੀਕ ਗੱਲ ਹੈ ਜੀ ਪੇੜੇ ਵੀ ਤੋਲ ਤੋਲ ਕੇ ਚੈੱਕ ਕਰ ਰਹੇ ਹੋ ਹਾਂਜੀ 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 ਐਸੀ ਗੱਲ ਨਹੀਂ ਜੀ ਹੋਰ ਅਤੇ ਕਿੱਦਾਂ ਦਾ ਲੱਗਦਾ ਜਦੋਂ ਇੱਥੇ ਆਉਂਦੇ ਹੋ ਦੇਖੋ ਕਹਿ ਰਹੇ ਕਿ ਦੋ ਜੀ ਉਸ ਪਰਮਾਤਮੇ ਦੀ ਕਿਰਪਾ ਜੀ ਉੱਪਰ ਵਾਲੇ ਦੀ ਵਾਹਿਗੁਰੂ ਦੀ ਕਿਰਪਾ ਜੀ ਗੁਰੂ ਰਾਮਦਾਸ ਦੀ ਲੋਕ ਆਉਂਦੇ ਆ ਪੀਜ਼ੇ ਲੈ ਕੇ ਹੈ ਨਾ ਕਤਾਰਾਂ ਲੱਗ ਜਾਂਦੀਆਂ ਨੇ ਜਦੋਂ ਵਰਤਾਉਂਦੇ ਹੋ ਕਿੱਦਾਂ ਦਾ ਮਨ ਦੇ ਵਿੱਚ ਕੀ ਬਹੁਤ ਸ਼ਾਂਤੀ ਹੁੰਦੀ ਜੀ ਮਨ ਦੇ ਵਿੱਚ ਕੋਈ ਐਸਾ ਕੋਈ ਕਿਹਾ ਨਹੀਂ ਸਾਡੇ ਕੋਈ ਖਾਲੀ ਨਾ ਜਾਵੇ ਜੋ ਵੀ ਆਉਂਦਾ ਸਾਰਾ ਸਾਰੇ ਜਣ ਖਾ ਕੇ ਛੱਕ ਕੇ ਜਾਣ ਜੀ ਸਾਡੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਬਣਾ ਪਾਈਏ ਜੀ ਜਿੰਨਾ ਵੀ ਕੋਈ ਆਉਂਦਾ ਕੋਈ ਇਹ ਨਾ ਕਹਿ ਦੇ ਕਿ ਜਾਂ ਜਿਸ ਤਰ੍ਹਾਂ ਕੋਈ ਗਰੀਬ ਕੋਈ ਆਉਂਦਾ ਜਿਹਨੇ ਨਹੀਂ ਖਾਧਾ ਕਿ ਪੀਜ਼ਾ ਕੀ ਚੀਜ਼ ਹੈ ਮੈਂ ਖਾ ਕੇ ਨਹੀਂ ਵੇਖਿਆ ਸਾਡੀ ਕੋਸ਼ਿਸ਼ ਕਿ ਉਹਨੂੰ ਵੀ ਖਵਾ ਕੇ ਵੇਖੀ ਹੈ ਜੀ ਅਤੇ ਉਹਦੇ ਵੀ ਮਨ 'ਚ ਰਹਿ ਜਾਏ ਕਿ ਮੈਂ ਚੱਲ ਇੱਥੇ ਤਾਂ ਨਹੀਂ ਦਿੱਲੀ ਅੰਦੋਲਨ ਵਿੱਚ ਜਾ ਕੇ ਮੈਂ ਪੀਜ਼ਾ ਹੀ ਖਾ ਲਿਆ ਜੀ ਸਾਡੀ ਕੋਸ਼ਿਸ਼ ਇਹ ਆ ਜੀ ਹਰ ਇੱਕ ਨੂੰ ਖਵਾ ਕੇ ਭੇਜਣਾ ਕਿੰਨੇ ਪੀਸਿਸ ਦਿੰਦੇ ਹੋ ਕਿੱਦਾਂ ਮਤਲਬ ਹਾਂਜੀ ਵੇਖੋ ਜੀ ਪਹਿਲੇ ਅਸੀਂ ਸਵੇਰੇ 6 ਵਜੇ ਤੋਂ ਬਣਾਉਣੇ ਸਟਾਰਟ ਕੀਤੇ ਆ ਸਟਾਰਟ ਕੀਤੇ ਨੂੰ 12 ਵਜੇ ਤੱਕ 11 ਵਜੇ ਤੱਕ ਅਸੀਂ ਸਟੋਰ ਕਰਦੇ ਹਾਂ ਉਹ ਬੈਕਾਂ 'ਚ ਪਾਏ ਸਟੋਰ ਹੋਏ ਨੇ ਆ ਸਟੋਰ ਕਰਕੇ ਫਿਰ ਅਸੀਂ ਬਾਹਰ ਸਟਾਰਟ ਕਰ ਦੇਣਾ ਜੀ ਫਿਰ ਉਹ ਜਿੰਨਾ 'ਚ ਜਿੰਨੇ ਸਾਡੇ ਬਹਿ ਗਿਆ ਜਿੰਨੇ ਬਣੇ ਆ 2-4 ਘੰਟੇ ਦੇ ਸਟੋਰ ਕੀਤੇ ਫਿਰ ਇਹ ਸਾਰੇ ਚੱਲਣਗੇ ਜੀ ਜਦੋਂ ਉਹ ਖਤਮ ਹੋ ਗਏ ਫਿਰ ਅਸੀਂ ਬੰਦੇ ਨੂੰ ਕਿੰਨੇ ਸਲਾਈਸਿਸ ਦਿੰਦੇ ਵੇਖੋ ਜੀ ਇੱਕ ਵਾਰ ਜਦੋਂ ਆਉਂਦੇ 2 ਸਲਾਈਸਿਸ ਦਿੰਦੇ ਆ ਅਤੇ ਉਹਨੂੰ ਇਹ ਨਹੀਂ ਕਿ ਉਹਨੂੰ ਇੱਕ ਵਾਰ ਮੋਰ ਲਾ ਦੀ 2 ਦਿੱਤੇ ਉਹ ਦੂਜੀ ਵਾਰ ਉਹ ਖਾ ਕੇ ਫਿਰ ਆ ਜੀ ਜਿੰਨਾ ਦਿਲ ਕਰਦਾ ਉਹਨਾਂ ਦਿੰਦੇ ਆ ਇਹ ਨਹੀਂ ਕਿ ਉਹਨੂੰ 2 ਦੇ ਤੇ ਕਿ ਇਹਨੂੰ ਹੋਰ ਨਹੀਂ ਦੇਣਾ ਇੱਕ ਵਾਰ ਛੱਕ ਲਿਆ ਖਾ ਲਿਆ ਫਿਰ ਆ ਜੇ ਜੀ ਜਿੰਨੀ ਵਾਰ ਮਰਜ਼ੀ ਖਾਵੇ ਜੀ ਉਹਨੂੰ ਇਹ ਮਨਾਹੀ ਨਹੀਂ ਹੈਗੀ ਕਿ 2 ਹੀ ਦੇ ਕੇ ਤੈਨੂੰ ਨਹੀਂ ਦੇਣਾ ਨਾਲ ਵਿਦ ਕੋਲਡ ਡਰਿੰਕ ਦਾ ਵੀ ਨਾਲ ਹੀ ਆ ਲੰਗਰ ਸਾਡਾ ਚੱਲਦਾ ਜੀ ਪੀਜ਼ਾ ਕੋਲਡ ਡਰਿੰਕ ਨਾਲ ਹਾਂਜੀ ਇਹ ਕੰਬੀਨੇਸ਼ਨ ਪਹਿਲੇ ਵੀ ਦੇਖਿਆ ਸੀਗਾ ਕਿ ਕਦੇ ਜਾਂਦੇ ਸੀਗੇ ਡੋਮੀਨੋਜ਼ ਲਾ ਲਓ ਪੀਜ਼ਾ ਅੱਟ ਕੇ
ਪੀਜ਼ਾ ਲੈ ਲਿਆ ਤੇ ਭਾਈ ਕੋਕ ਵੀ ਲੈਣੀ ਹੈ ਨਾਲ ਤੇ ਇੱਥੇ ਵੀ ਹੋਈ ਸੀ ਉਹ ਹੀ ਹੈ ਜੀ ਬਿਲਕੁਲ ਉਹ ਹੈ ਜੀ ਇਹ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਸਭ ਕੁਝ ਚੱਲਿਆ ਪਹਿਲੇ ਜਦੋਂ ਆਏ ਸੀ ਤੇ ਪੀਜ਼ੇ ਦਾ ਇਕੱਲਾ ਕਰਦੇ ਫਿਰ ਸਾਡੇ ਪ੍ਰਧਾਨ ਸਾਹਿਬ ਅਮਰੀਕਾ ਤੋਂ ਭਾਈ ਮਨਜੀਤ ਸਿੰਘ ਜੀ ਉਹਨਾਂ ਨੇ ਫੋਨ ਆਇਆ ਇੱਥੇ ਹੋਰ ਮਤਲਬ ਕਿ ਸਾਰਿਆਂ ਨੇ ਸੰਗਤਾਂ ਨੇ ਕਿਹਾ ਕਿ ਨਾਲ ਪੀਜ਼ੇ ਦਾ ਵੀ ਨਾਲ ਚਲਾਓ ਜੀ ਫਿਰ ਉਸ ਦਿਨ ਤੋਂ ਨਾਲ ਪੀਜ਼ੇ ਦਾ ਪੀਜ਼ੇ ਨਾਲ ਕੋਕ ਦਾ ਕੋਕ ਸਾਡੀ ਬਾਹਰ ਟਰਾਲੀ ਭਰੀ ਪਈ ਆ ਜੀ ਉਹ ਵੇਖੋ ਬਾਹਰ ਟਰਾਲੀ ਆ ਉਹਦੇ ਵਿੱਚ ਲਿਆ ਕੇ ਗੱਡੀ ਤੇ ਜਦੋਂ ਰਾਤ ਨੂੰ ਫ੍ਰੀ ਹੋਣਾ ਫਿਰ ਗੱਡੀਆਂ ਲੱਦ ਕੇ ਲਿਆਉਣੀਆਂ ਸਾਡੀਆਂ ਗੱਡੀਆਂ ਲੱਗੀਆਂ ਉਹ ਫਿਰ ਟਰਾਲੀ ਜਿਹੀ ਸਟੋਰ ਕਰ ਲੈਂਦੇ ਆ ਪਹਿਲਾਂ ਇੱਥੇ ਰੱਖਦੇ ਇੱਥੇ ਜਗ੍ਹਾ ਥੋੜ੍ਹੀ ਆ ਅਸੀਂ ਟਰਾਲੀ ਮੰਗਾਈ ਆ ਟਰਾਲੀ ਭਰੀ ਪਈ ਆ ਜੀ ਉਹ ਨਾਲ ਹੀ ਫਿਰ ਕੋਕ ਦਾ ਵੀ ਲੰਗਰ ਨਾਲ ਹੀ ਆ ਜੀ ਪੀਜ਼ੇ ਦੇ ਤੇ ਦੇਖ ਸਕਦੇ ਹੋ ਇੱਕ ਪੀਜ਼ੇ ਦਾ ਲੰਗਰ ਸੁਣਿਆ ਸੀਗਾ ਹੁਣ ਪੀਜ਼ੇ ਤੇ ਕੋਲਡ ਡਰਿੰਕ ਦਾ ਕੋਂਬੋ ਕਹਿ ਸਕਦੇ ਆ ਇੱਕ ਤੇ ਇੱਕ ਲੰਗਰ ਜਿਹੜਾ ਲੱਗਿਆ ਹੋਇਆ ਪੀਜ਼ੇ ਜਿਹੜੇ ਨੇ ਹੁਣ ਤਿਆਰ ਹੋ ਰਹੇ ਨੇ ਸਵੇਰੇ 6 ਵਜੇ ਉੱਠ ਜਾਂਦੇ ਨੇ 6 ਤੋਂ 11 ਵਜੇ ਤੱਕ ਸਟੋਰ ਕਰਦੇ ਨੇ ਫਿਰ 11 ਵਜੇ ਤੋਂ ਬਾਅਦ ਜਿਹੜੇ ਪੀਜ਼ੇ ਦਾ ਲੰਗਰ ਹੈ ਇੱਥੇ ਚੱਲਦਾ ਫਿਰ ਉਸ ਤੋਂ ਬਾਅਦ ਪੀਜ਼ੇ ਦੇਣ ਤੋਂ ਬਾਅਦ ਲੰਗਰ ਲਾਉਣ ਤੋਂ ਬਾਅਦ ਫਿਰ ਸ਼ਾਮ ਨੂੰ ਕਿੰਨੇ ਵਜੇ ਦੁਪਹਿਰੇ ਕਿੰਨੇ ਵਜੇ ਸ਼ੁਰੂ ਹੁੰਦੇ ਸੀ 4:30 ਵਜੇ ਨਾਲ ਕਰ ਦਿੰਦੇ ਸਟਾਰਟ ਕਿੰਨੇ ਵਜੇ ਹੁੰਦੇ ਬਣਾਉਣਾ ਕਿੰਨੇ ਵਜੇ ਸਵੇਰੇ ਆਪਣਾ 7 ਵਜੇ ਤੋਂ ਬਾਅਦ ਸਟਾਰਟ ਕਰ ਦਿੰਦੇ ਹਾਂ ਸਾਰਾ ਦਿਨ ਚੱਲਦਾ ਹੀ ਰਹਿੰਦਾ ਵੈਸੇ ਤਿਆਰੀ ਰਹਿੰਦੀ ਹਾਂਜੀ ਅਤੇ ਕਹਿ ਰਹੇ ਕਿ ਸਵੇਰੇ 6-7 ਵਜੇ ਚੱਲਣਾ ਸ਼ੁਰੂ ਹੋ ਜਾਂਦਾ ਅਤੇ ਪੂਰਾ ਦਿਨ ਜਿਹੜੇ ਪੀਜ਼ੇ ਨੇ ਉਹਦਾ ਲੰਗਰ ਇੱਥੇ ਚੱਲਦਾ ਅਤੇ ਪੀਜ਼ੇ ਦਾ ਇਕੱਲੇ ਪੀਜ਼ੇ ਦਾ ਨਹੀਂ ਚੱਲਦਾ ਪੀਜ਼ੇ ਅਤੇ ਕੋਕ ਦਾ ਲੰਗਰ ਇੱਥੇ ਚੱਲਦਾ ਅਤੇ ਸੰਗਤਾਂ ਦੀ ਇੱਕ ਵਾਰੀ ਤਸਵੀਰ ਜਿਹੜੀਆਂ ਨੇ ਉਹ ਦਿਖਾਉਣਾ ਚਾਹਾਂਗਾ ਕਿ ਲੰਬੀਆਂ ਕਤਾਰਾਂ ਦੇਖ ਸਕਦੇ ਹੋ ਇੱਥੇ ਟਾਈਮ ਤੋਂ ਪਹਿਲਾਂ ਹੀ ਜਿਹੜੀ ਲੰਬੀਆਂ ਕਤਾਰਾਂ ਨੇ ਉਹ ਲੱਗ ਚੁੱਕੀਆਂ ਨੇ ਅਤੇ ਹਲੇ ਸਮਾਂ ਹੈ ਫਿਰ ਵੀ ਉਸ ਤੋਂ ਪਹਿਲਾਂ ਹੀ ਜਿਹੜੇ ਪੀਜ਼ੇ ਦੇ ਲੰਗਰ ਦੀ ਉਡੀਕ ਦੇ ਵਿੱਚ ਜਿਹੜੇ ਖੜ੍ਹੇ ਨੇ ਅਤੇ ਤਸਵੀਰਾਂ ਦੇਖ ਸਕਦੇ ਹੋ ਅਤੇ ਤੁਹਾਡਾ ਕੀ ਕੁਛ ਕਹਿਣਾ ਇਸ ਜਨ ਅੰਦੋਲਨ ਨੂੰ ਲੈ ਕੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੈਂ ਜੈ ਵਰਮਾ ਕੈਮਰਾਮੈਨ ਸਰ ਸਰਮਪ੍ਰੀਤ ਦੇ ਨਾਲ ਸਾਂਝਾ ਟੀਵੀ ਸਿੰਘੂ ਬਾਰਡਰ ਦਿੱਲੀ